हेलो साढ़े आज दे इस वड़ी कप दे प्रधान सरदार चमकौर सिंह जी काला अते इन्हां दे नाल क्लब मैंबर पंचायत मैंबर इस समूह पिंड वासी उद्घाटन लई समारोह करन जा रहे हैं। उस तों पहलां सब तों पहलां अरदास बेनती की जाएगी। उस तों मगरों साढ़े ज्ञानी हरियाणा सिंह जी बलवीर सिंह जी पीरा प्रधान चमकौर सिंह जी काला अवतार सिंह जी पंचायत मैंबर भजन सिंह जी चहल इसकरण सिंह जी बिजली बोर्ड के मुलाजम साढ़े कबड्डी के महान कुंभ जीराज सिंह जी भोतरक उद्घाटन कर जा रहे हैं। असीं इन्हां दा बहुत बहुत धन्यवाद करते हैं जिन्होंने एक कीमती समय चो टाइम कढ के इत्थे कबड्डी कप नूं कार चन लाउण आए आ। असीं उन्हां दा तहे दिलों धन्यवाद करते हैं। गोविंद स्पोर्ट क्लब माशीके अते ग्राम पंचायत माशीके समूह नगर निवासी पिंड माशीके दे सहयोग दे नाल दूजा कबड्डी कप माशीके दे ग्राउंडां दे विच अज शुरू होने जा रहा। असी परमात्मा अगे बेनती करते हैं हे सच्चे पातशाह कि साढ़े तीन दिन कबड्डी कप रहे बहुत ही सच्चे ढंग दे नाल गुरु महाराज की सतरशाह दे हेठ तिने दे नेपरे चढ़े। साढ़े दरमियान सरकारी सीनियर सैकेंडरी स्कूल के प्रिंसीपल सरदार गुरजीत सिंह जी अते उन्होंने नीवी मैडल करण सिंह जी राजमंदर राजू मार्ग जी चंद्र मोहन जी सारे स्टाफ साढ़े दरम्यान पहुंच चुके। असी कमेटी वालों इन्हों का तह दिलों धन्यवाद करते हैं जिन्होंने के साढ़े कीमती समय चो टाइम कढ के साढ़े इस ग्राउंड के नूं चार चक लाए ने। सगल समग्री तुम रह सूत्र काली तुम ते हो सोआ तुमरी गत मैत तुम ही जानी नानक दास सदा करवा तोदे आगे अरदास हमारी जियो पिंड सारानंद सागर की वडियाई ते नाम ਗੁਰੂ ਨਾਨਕ ਲੈ ਧਿਆਏ ਅਰਦਾਸ ਰਾਮ ਦਾਸਨ ਹੋ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆਂ ਸਭ ਦੁੱਖ ਜਾਏ ਤੇਗ ਬਹਾਦਰ ਸਾਹਿਬ ਸਿਮਰੀਐ ਕਰਨੋ ਨਿਧਾਵੈ ਧਾਏ ਸਭ ਥਾਈਂ ਹੁਣਾ ਜੀ ਸਹਾਏ ਦਸਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੁਣਾ ਜੀ ਸਹਾਏ ਦਸ ਪਾਤ ਸਾਹਿਬੋਂ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਧਾਰ ਕਰ ਖਾਲਸਾ ਜੀ ਸਾਹਿਬ ਬੋਲਣਾ ਜੀ ਗੁਰੂ ਸਾਹਿਬ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਸਮੂਹ ਸਿਦਕਵਾਨਾ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਤੇਰਾ ਨਾਮ ਜਪਿਆ ਵੰਡ ਕੇ ਸਕਿਆ ਦੇਖ ਚਲਾਈ ਦੇਖ ਵਾਹੀ ਦੇਖ ਸੁਣ ਕੇ ਅੰਡਠ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕਰ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿੰਘ ਦਿੱਤੇ ਬੰਦ ਬੰਦ ਕਟਵਾਏ ਕੁਕਰੀਆਂ ਉਤਰਵਾਈਆਂ ਚਰਖੜੀਆਂ 'ਤੇ ਚੜ੍ਹੇ
ਧੰਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਸਿੱਖੀ ਧਰਮ ਨਹੀਂ ਹਾਰਿਆ ਸਿੱਖੀ ਧਰਮ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨੋਂ ਕੀ ਕਮਾਈ ਦਾ ਧਿਆਨ ਧਰ ਕਰ ਬੋਲਣਾ ਜੀ ਗੁਰੂ ਸਾਹਿਬ ਤੇ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਗੁਰੂ ਧਾਮੋਂ ਦਾ ਧਿਆਨ ਧਰ ਕਰ ਬੋਲਣਾ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਖਾਲਸਾ ਜੀ ਤੋਂ ਵਾਹਿਗੁਰੂ 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 ਨਾਮ ਚੇਤਾਵੇ ਜੀ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਦੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਬਖਸੋ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਜੀ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਾਤਸ਼ਾਹ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੇ ਇਹ ਨਮਾਣਿਓ ਕੇ ਮਾਨ ਸਤਿਗੁਰੂ ਨੇ ਤਾਣਿਓ ਕੇ ਤਾਨ ਨਿਓਟਿਆਂ ਦੀ ਓਟ ਨੇ ਗੱਦਿਆਂ ਦੀ ਗੱਤ ਨੇ ਪੱਤਿਆਂ ਦੀ ਪੱਤ ਨੇ ਧਰਿਆਂ ਦੀ ਧਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਸਮੂਹ ਨਗਰ ਨਿਵਾਸੀ ਸੰਗੋਸ਼ਟ ਕਲੱਬ ਗ੍ਰਾਮ ਪੰਚਾਇਤ ਸੱਚੇ ਪਾਤਸ਼ਾਹ ਮੈਂਬਰ ਪੰਚਾਇਤ ਸਮੂਹ ਨਗਰ ਨਿਵਾਸੀ ਗੁਰਸਿੱਖ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਸਤਿਗੁਰੂ ਮਹਾਰਾਜ ਆਪ ਜੀ ਨੇ ਮਿਹਰ ਕੀਤੀ ਹੈ ਉਦਮ ਬਖਸ਼ਿਆ ਹੈ ਸੱਚੇ ਪਾਤਸ਼ਾਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੱਚੇ ਪਾਤਸ਼ਾਹ ਉਦਮ ਬਖਸ਼ਿਆ ਜੋ ਕਿ ਨਗਰ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾ ਰਹੇ ਹਨ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨੀ ਇਸੇ ਤਰ੍ਹਾਂ ਹੀ ਨਗਰ ਦਾ ਏਕਾ ਪ੍ਰਵਾਗ ਪ੍ਰੇਮ ਭਾਵਨਾ ਬਣਾਈ ਰੱਖਣੀ ਸੱਚੇ ਪਾਤਸ਼ਾਹ ਖੇਡ ਮੇਲੇ ਦੇ ਵਿੱਚ ਸੱਚੇ ਪਾਤਸ਼ਾਹ ਕੋਈ ਵੀ ਆਦੀ ਵਿਆਧੀ ਨਹੀਂ ਵਰਤਾਉਣੀ ਸਤਿਗੁਰੂ ਆਦੀ ਵਿਆਧੀ ਤੋਂ ਬਚਾ ਕੇ ਮਿਹਰ ਕਰਨੀ ਅੰਗ ਸੰਗ ਰਹਿ ਕੇ ਸਹਾਇਤਾ ਕਰਨੀ ਮਦਦ ਕਰਨੀ ਸਮੂਹ ਨੌਜਵਾਨਾਂ ਦੇ ਸਿਰ 'ਤੇ ਦੇਹ ਭਰਿਆ ਰੱਖਣਾ ਨਗਰ ਵਿਹੜੇ 'ਤੇ ਕਿਰਪਾ ਵਰਤਾਈ ਰੱਖਣੀ ਸੁੱਖ ਸ਼ਾਂਤੀ ਵਰਤਾਉਣੀ ਸੱਚੇ ਪਾਤਸ਼ਾਹ ਨਗਰ ਵਿਹੜੇ ਦੇਸ਼ ਪ੍ਰਦੇਸ਼ ਪਸ਼ੂ ਪੰਛੀ ਮਾਈ ਭਾਈ ਭੈਣ ਭਾਈ ਅਤੇ ਸਭ ਜਗ੍ਹਾ ਮਿਹਰ ਕਰਿਓ ਸਤਿਗੁਰੂ ਜੀ ਤੁਸੀਂ ਆ ਵਰਤਾਇਓ ਖੇਡ ਮੇਲਾ ਤੁਸੀਂ ਦੇ ਨਾਲ ਸੰਗਤ ਕਰਿਓ ਸਤਿਗੁਰੂ ਮਹਾਰਾਜ ਮਿਹਰਾਂ ਕਰਨੀਆਂ ਸੱਚੇ ਪਾਤਸ਼ਾਹ ਸਭ ਦੇ ਕਾਰਜ ਰਾਸ ਕਰਨੇ ਸਤਿਗੁਰੂ ਮਹਾਰਾਜ ਜੀ ਕਰੋ ਕਿਰਪਾ ਸੱਚੇ ਪਾਤਸ਼ਾਹ ਜੀ ਹੁਣ ਆਗਿਆ ਵਰਸੋ ਵੱਡੀ ਟੂਰਨਾਮੈਂਟ ਸ਼ੁਰੂਆਤ ਕਰਨੀ ਇਹ ਸਤਿਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਦੇ ਸਹਿਯੋਗ ਬਣਾਈ ਰੱਖਣਾ ਸੰਗਤਾਂ ਨੇ ਆਪ ਜੀ ਦੇ ਸਤਿਗੁਰੂ ਮਹਾਰਾਜ ਮਿਹਰਾਂ ਕਰਨੀਆਂ ਇਸੇ ਖੁਸ਼ੀ ਨੂੰ ਪਾਤਸ਼ਾਹ ਦਾ ਪ੍ਰਸ਼ਾਦ ਹਾਜ਼ਰ ਹੈ ਆਪ ਜੀ ਕੋ ਭੋਗ ਲੱਗੇ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਤੇਰੀ ਸਰਨ ਜੋ ਵੀ ਜੀ ਆਵੇ ਸੋ ਰਾਜੀ ਜੀ ਜਾਵੇ ਮੈਨੂੰ ਲੰਘੀਆਂ ਮਰਾਦਾ ਪਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਬੋਲੇ ਸੋਨਿਹਾਲ ਪ੍ਰਿੰਸੀਪਲ ਰਜੀਤ ਸਿੰਘ ਜੀ ਅਵਤਾਰ ਸਿੰਘ ਜੀ ਪੰਚਾਇਤ ਮੈਂਬਰ ਅਤੇ ਹੋਰ ਪਿੰਡ ਵਾਸੀ ਸਕੂਲ ਅਸੀਂ ਆਪ ਨੂੰ ਧੰਨਵਾਦ ਕਰਦੇ ਹਾਂ ਉਧਰਲੀ ਸਾਈਡ ਤੋਂ ਕਰੋ ਜੀ ਸਾਡੇ ਦਰਮਿਆਨ ਮਕੌਲ ਸਿੰਘ ਜੀ ਕਲਾ ਪ੍ਰਧਾਨ ਰਾਜਦੀਪ ਸਿੰਘ ਜੀ ਰਾਜੂ ਗੁਰਮੀਤ ਸਿੰਘ ਜੀ ਗੋਲੂ ਪ੍ਰਿੰਸੀਪਲ ਗੁਰਜੀਤ ਸਿੰਘ ਜੀ ਚੰਦਰ ਮੋਹਨ ਜੀ ਅਤੇ ਸਾਡੇ
ਕਬੱਡੀ ਦੇ ਮਹਾਨ ਪੰਬ ਜਗਰਾਜ ਸਿੰਘ ਜੀ ਪੋਤਰਾ ਪੰਚਾਇਤ ਮੈਂਬਰ ਅਵਤਾਰ ਸਿੰਘ ਜੀ ਸਾਬਕਾ ਪੰਚਾਇਤ ਮੈਂਬਰ ਕੇਵਲ ਸਿੰਘ ਜੀ ਗਿਆਨੀ ਗੁਰਮੇਲ ਸਿੰਘ ਜੀ ਸਾਬਕਾ ਪੰਚਾਇਤ ਮੈਂਬਰ ਜਾਣ ਪਛਾਣ ਕਰੋ ਜੀ ਉੱਥੋਂ ਸਿਰੇ ਤੋਂ ਹੋ ਭਜਨ ਸਿੰਘ ਵੀ ਜਲਦੀ ਤੋਂ ਜਲਦੀ ਗਰਾਊਂਡ ਚ ਆ ਜਾਏ ਭਜਨ ਸਿੰਘ ਮੁਲਾਜ਼ਮ ਸੋਨੀ ਬਿੱਟੂ ਗੋਲੂ ਅਤੇ ਸਮੂਹ ਸਟਾਫ ਸੀਨੀਅਰ ਸੈਕੰਡਰੀ ਸਕੂਲ ਮਾਸੀਕੇ ਗਿਰਾਜ ਸਿੰਘ ਜੀ ਪੋਤਰਾ ਦੇਵ ਕੁਕੌਰ ਸਿੰਘ ਜੀ ਕਾਲਾ ਪ੍ਰਧਾਨ ਰੈਫਰੀ ਆਪਣੇ ਬਿਲੂ ਸਿੰਘ ਜੀ ਖਾਈਆ ਅਵਤਾਰ ਸਿੰਘ ਜੀ ਤਾਰਾ ਪੰਚਾਇਤ ਮੈਂਬਰ ਠੀਕ ਹੈ ਠੀਕ ਹੈ ਜੀ ਓਕੇ ਜੀ ਭਈਆ ਬੰਦੇ ਸਾਰੇ ਭਰ ਲੈ ਬੈਟ ਕਰਾ ਯਾਰ ਬੰਦਾ ਬਾਈ ਹੁਣੇ ਬਾਹਰ ਹੋ ਜਾਓ ਬਾਈ ਜੀ ਦਰਸਰ ਜ਼ਿਲ੍ਹਾ ਤੇ ਹਿੰਮਤਪੁਰਾ ਬੀਬੀ ਟੀਮ ਜੋ ਵੀ ਬੋਲ ਰਹੀ ਹੈ ਜਿਵੇਂ 40,000 ਰੁਪਏ ਜਾ ਰਹੇ ਆ ਇੱਧਰ ਗਾਉਂ ਤੋਂ ਬਾਹਰ ਜਿੱਥੇ ਦਸਤਵੀਰ ਖੜੇ ਆ ਕੇ ਵਾਇਰਲ ਇੱਥੇ ਟੀਮ ਇੱਧਰ ਆ ਕੇ ਵਾਇਰਲ ਗਾਉਂ ਦੇ ਬਾਹਰ ਉਹ ਥਾਂ ਛੱਡਿਆ ਇਹ ਜਾਰੀ ਦੀ ਆਵਾਜ਼ ਦੀ ਛੱਡਿਆ ਮਲੇ ਇਹ ਬਾਲਾ ਸਾਹਿਬ ਦੇ ਸ਼ੀਨੀ ਵਾਲ ਖੋਸਰ ਬਾਬਾ ਕ੍ਰਿਸ਼ਨ ਦਾਸ ਰੋਲੀ ਤੇ ਸ਼ਹੀਦ ਬਾਬਾ ਭੁੰਦਰ ਦਾਸ ਚੁੰਗ ਤੇ ਸੀਵਾ ਪਹੁੰਚਣ ਜੀ ਕਿਹੜਾ ਪਿੰਡ ਇੱਥੇ ਲਾਲ ਨੇੜੇ ਮੈਦਾਨ ਰਾਮੂ ਵਾਲੇ ਦਾ ਜਦੋਂ ਕਿਸੇ ਵੀ ਖੜਾ ਕੇ ਕੋਈ ਵੀ ਮੈਚ ਇੱਥੋਂ ਨਹੀਂ ਦੱਸਿਆ ਜਾਵੇਗਾ ਬਾਈ ਜੀ ਜਿਹੜਾ ਪੈਰ ਪਾਇਆ ਉਹ ਹਲਾ ਕਰ ਤੁਸੀਂ ਬਤਾ ਝੜੀਆਂ ਨੇ ਸੋ ਕਬੱਡੀ 47 ਕਿਲੋ ਦੇ ਕਹਿੰਦੇ ਨੇ ਬਹੁਤ ਹੀ ਵਧੀਆ ਜੱਫੇ ਦੀ ਗੱਲ ਕਰਦਾ ਹੋਇਆ ਨੰਬਰ 12 ਦੀ ਜਵਾਨਾਂ ਨੇ ਦਿੱਤਾ 1 ਮਿੰਟ ਦਾ ਸਮਾਂ ਲੈ ਲਓ ਸਰ ਪੀੜਾ ਤੇ ਹਿੰਮਤਪੁਰਾ ਵੀਡੀਓ ਨੇ ਦੋਹੇ ਮਿੰਟ ਦਾ ਲੈ ਲਿਆ ਬਹੁਤ ਤੇ ਰਾਮਗੜ ਹਾਂਜੀ ਜੱਫਾ ਪੀੜਾ ਤੇ ਹਿੰਮਤਪੁਰਾ ਦੀ ਸਾਡੇ ਬਹੁਤ ਹੀ ਮਾਣਯੋਗ ਸਤਿਕਾਰਯੋਗ ਜਸਾਦੀ ਵੀ ਕਬੱਡੀ ਖਿਡਾਰੀ ਇੱਕ ਮਾਸੀ ਹੈ ਜਿਹਨਾਂ ਨੇ ਬਹੁਤ ਹੀ ਵੱਡਾ ਪੰਜਾਬ ਦੇ ਵਿੱਚ ਨਾਮ ਚਮਕਾਇਆ ਇੱਕ ਮਾਸੀ ਹੈਗਾ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪੁੱਜੇ ਨੇ ਜਸਾਦ ਸਿੰਘ ਮਾਸੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਪਿੰਡ ਮਾਸੀ ਹੈ ਦਾ ਨਾਮ ਹਰੇ ਅੱਖਰਾਂ ਦੇ ਵਿੱਚ ਲਿਆਦਾ ਚੱਲ ਵੀ ਹਰੋ ਹੈ ਜੀ ਟੀਮ ਦਾ ਹੈ ਹਰੋ ਹਾਂਜੀ ਸਾਡੇ ਦਰਮਿਆਨ ਸਾਬਕਾ ਸਰਪੰਚ ਸਰਦਾਰ ਬਰਵਿੰਦਰ ਸਿੰਘ ਜੀ ਪਹੁੰਚੇ ਹਨ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਹਿੰਦੇ ਸਾਹਿਬ ਤੇ ਸਟੇਜ ਲੱਗੀ ਆ ਇੱਥੇ ਕੁਰਸੀਆਂ ਤੇ ਬੈਠ ਜਾਣ ਸਾਬਕਾ ਸਰਪੰਚ ਬਰਵਿੰਦਰ ਸਿੰਘ ਜੀ ਸਾਡੇ ਸਾਬਕਾ ਸਰਪੰਚ ਜੀ ਸਾਡੇ ਵਿਚਕਾਰ ਪਹੁੰਚੇ ਨੇ ਜੀ ਵੈਲਕਮ ਜਿਹੜੇ ਵੀ ਦਰਸ਼ਕੀ ਜਾਂ ਖਿਡਾਰੀ ਵੀ ਜਾਂ ਪੁੱਜੇ ਨੇ ਹਾਂਜੀ ਪਹਿਲਾਂ ਨਾਮ ਕਰਦਾ ਸੀ ਪਹਿਲਾਂ ਪਹਿਲੇ ਟੀਮ ਦਾ ਨਾਮ ਹੈ ਫਸੂ ਕਲਾ ਦੀ ਟੀਮ ਦਿੱਤੀ ਹੈ ਜੀ